ਸਤਿ ਸ਼੍ਰੀ ਅਕਾਲ ਜੀ। ਵਿਜ਼ਨ ਪੰਜਾਬ ਟੀ ਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਰਬਜੀਤ ਕੌਰ ਨੇਗਾ ਸਵਾਗਤ ਕਰਦੀ ਹਾਂ ਜੀ। ਅੱਜ ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੇ ਸੈਕਟਰ 15 ਦੇ ਵਿੱਚ, ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਪ੍ਰੈਸ ਕਾਨਫਰੰਸ 2019 ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਤੇ ਆਓ ਸੁਣਦੇ ਹਾਂ ਸੁਨੀਲ ਜਾਖੜ ਜੀ ਦਾ ਬਿਆਨ। ਸਾਰੇ ਜਿਹੜੇ ਡੀਸੀਸੀ ਪ੍ਰਧਾਨ ਹੈ, ਨਵੇਂ ਜਿਹੜੇ ਪ੍ਰਧਾਨ ਬਣੇ ਹੈ, ਉਹਨਾਂ ਸਾਰਿਆਂ ਨੂੰ ਅੱਜ ਇੱਥੇ ਬੁਲਾ ਕੇ ਸਾਰਿਆਂ ਨਾਲ ਉਹਨਾਂ ਨੂੰ ਵਧਾਈ ਦੇਣ ਵਾਸਤੇ ਅਤੇ ਉਹਨਾਂ ਸਾਰਿਆਂ ਨਾਲ ਜਿਹੜਾ ਮਿਸ਼ਨ 13 ਮਿਸ਼ਨ 13 ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਊਂਸ ਕੀਤਾ ਸੀਗਾ 2019 ਦੇ ਪਾਰਲੀਮੈਂਟੀ ਚੋਣਾਵਾਂ ਨੂੰ ਲੈ ਕੇ 13 ਦੀਆਂ 13 ਸੀਟਾਂ ਪੰਜਾਬ ਕਾਂਗਰਸ ਦੀ ਝੋਲੀ ਦੇ ਵਿੱਚ ਪਾ ਕੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਿਹੜਾ ਮਿਸ਼ਨ ਉਲੀਕਿਆ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹਦੇ ਵਾਸਤੇ ਸਾਰੇ ਸਾਡੇ ਨਵੇਂ DCC ਦੇ ਪ੍ਰਧਾਨ ਹੈ ਜਿਹੜੇ, ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਵਾਸਤੇ ਇਹ ਮੀਟਿੰਗ ਬੁਲਾਈ ਗਈ। ਕਾਂਗਰਸ ਪਾਰਟੀ ਨੇ ਪਿਛਲੇ 2 ਸਾਲ ਕੇ ਦੌਰਾਨ ਇਸ ਕੰਮ ਕੀਏ ਹੈ, ਚਾਹੇ ਉਹ ਕਰਜ਼ਾ ਮਾਫੀ ਕੋ ਲੈ ਕੇ ਹੈ, ਚਾਹੇ ਪੰਜਾਬ ਕੇ ਅੰਦਰ ਨਸ਼ੇ ਕੋ ਖਤਮ ਕਰਨੇ ਕੋ ਲੈ ਕੇ ਹੈ, ਚਾਹੇ ਪੰਜਾਬ ਕੇ ਅੰਦਰ ਅਕਾਲੀ BJP ਸਰਕਾਰ ਕੇ ਦੌਰਾਨ ਜੋ ਗੁੰਡਾ ਰਾਜ ਯਹਾਂ ਪੇ ਫੈਲਾ ਹੁਆ ਥਾ, ਲਾਲੈਸਨੈਸ ਥੀ, ਉਸਕੋ ਖਤਮ ਕਰਕੇ ਰੂਲ ਆਫ ਲਾਅ ਜੋ ਇਸਟੈਬਲਿਸ਼ ਕੀਆ ਹੈ, ਉਸਕੋ ਲੈ ਕੇ ਲੋਕੋਂ ਕੇ ਪਾਸ ਜਾਣੇ ਕੇ ਲੀਏ, ਚਾਹੇ ਗਰੀਬੋਂ ਕੇ ਲੀਏ ਉਨਕੀ ਪੈਨਸ਼ਨ ਕੀ ਸਕੀਮ ਬੜਾਈ ਗਈ ਹੈ, ਇਹ ਸਾਰੀ ਬਾਤੇਂ ਲੈ ਕੇ ਗਰਾਮੋਂ ਕੇ ਵਿਕਾਸ ਕੇ ਲੀਏ ਜੋ ਪੈਸੇ ਅਭੀ ਸੈਂਕਸ਼ਨ ਕੀਏ ਹੈ, ਉਹ ਸਾਰੇ ਮੁੱਦੋਂ ਕੋ ਲੈ ਕੇ ਪੰਜਾਬ ਕੇ ਲੋਕੋਂ ਕੇ ਬੀਚ ਮੇਂ ਜਾਏਂਗੇ। ਜਿਵੇਂ ਕਿ ਹੁਣ ਤੁਸੀਂ ਸੁਣਿਆ ਹੈ ਕਿ ਸੁਨੀਲ ਜਾਖੜ ਜੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਕਾਂਗਰਸ ਵੱਲੋਂ ਜਿੱਤ ਹਾਸਲ ਕੀਤੀ ਜਾਵੇਗੀ। ਨਾਲ ਹੀ ਉਹਨਾਂ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੇ ਵਾਅਦੇ ਕਾਂਗਰਸ ਨੇ ਕੀਤੇ ਸਨ ਉਹ ਪੂਰੇ ਹੋ ਗਏ ਨੇ ਤੇ ਹੁਣ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੇ ਵਾਅਦੇ ਕੀਤੇ ਜਾਣਗੇ ਉਹ ਵੀ ਪੂਰੇ ਹੋਣਗੇ ਤੇ ਨਾਲ ਹੀ ਜਦੋਂ ਮੀਡੀਆ ਵੱਲੋਂ ਉਹਨਾਂ ਨੂੰ ਕੁਲਬੀਰ ਜ਼ੀਰਾ ਦੀ ਬਹਾਲੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਕਿਸ ਪਾਰਟੀ ਨੂੰ ਸਮਰਥਨ ਦਿੰਦੇ ਨੇ।